ਕੁਕੂਰਾਮ ਨੇਗੇ ਇਹਨਾਂ ਨੇ ਤਾਂ ਇਹ ਕਹਿੰਦੇ ਕਿ ਠੰਢੀ ਦੂਰ ਕਰਤੀ ਬੋਡੀ ਛੋਡੀ ਬਹੁਤ ਚੰਗੀ ਬਣਾਈ ਹੋਈ ਹੈ ਬੜੀ ਚਰਚਾ ਇਹਨਾਂ ਦੀ ਤਾਂ ਨਹੀਂ ਤਾਂ ਕੋ ਕੁਕੂਰਾਮ ਦੀ ਬੋਡੀ ਦੀ ਗੱਲ ਕਰਨੀ ਹੈ ਕਿ ਜੇ ਕੋਈ ਉਹਦੀ ਹੋਰ ਕੋਈ ਗੱਲ ਕਰਨੀ ਬੋਡੀ ਤੇ ਮੈਂ ਵੀ ਕਹਿੰਦਾ ਨਾ ਬਹੁਤ ਵਧੀਆ ਹੈ ਜੀ ਬੋਡੀ ਬਹੁਤ ਵਧੀਆ ਪਰ ਬਣਾਉਣਾ ਮੈਂ ਨਾ ਰੱਖਦਾ ਕਿ ਬੜਾ ਇਮਤਿਹਾਨ ਦੇਣਾ ਮੈਨੂੰ ਜੇ ਤੁਸੀਂ ਵੀ ਬਣਾਓ ਬੋਡੀ ਇਹੋ ਜੀ ਜੇ ਵਧੀਆ ਤੇ ਫਿਰ ਬੋਡੀ ਤਾਂ ਬੋਡੀ ਹੈ ਬਿਲਕੁਲ ਬੋਡੀ ਇੱਕ ਵਾਰੀ ਮਿਲਣੀ ਹੈ ਹਜ਼ੂਰ ਜੀ ਇਹਨੂੰ ਸੰਭਾਲੋ ਵਧੀਆ ਗੱਲ ਹੈ ਜੀ ਮੈਨੂੰ ਇੱਕ ਗੱਲ ਦਾ ਜਵਾਬ ਦੇਣਾ ਕਿ فرض ਕਰੋ ਕੋਈ ਆ ਕੇ ਅਵਤਾਰੀ ਪੁਰਸ਼ ਤੁਹਾਨੂੰ ਕਵੇ ਵੀ ਮੈਂ ਤੇਰਾ ਗੱਡੀ ਜਿਹੜੀ ਮਰਜ਼ੀ ਲੈ ਲਾ ਜੋ ਮੰਗੇਗਾ ਫਰਾਰੀ ਮੰਗਲਾ BMW ਮੰਗਲਾ ਮਰਸੀਡੀ ਮੰਗਲਾ ਜਿਹੜੀ ਮਰਜ਼ੀ ਮੰਗਲਾ ਪਰ ਮਿਲੂਗੀ ਜ਼ਿੰਦਗੀ ਚ ਇੱਕ ਵਾਰੀ ਜੀ ਤੁਸੀਂ ਕਹੋਗੇ ਕਿ ਹਾਂ ਫਲਾਣੀ ਗੱਡੀ ਦੇ ਦੇ ਜਿਹੜੀ ਮਤਲਬ ਕਿ ਤੁਹਾਡੀ ਨਜ਼ਰ ਚ 5-7 ਕਰੋੜ ਹੁਣ ਤੁਹਾਨੂੰ ਪਤਾ ਵੀ ਸਾਰੀ ਜ਼ਿੰਦਗੀ ਇਹਦੇ ਨਾਲ ਕੱਢਣੀ ਹੈ। ਕਵਾਂਟੀ ਨੂੰ ਦਿਓਗੇ ਕਿ ਜਾਂ ਬੱਚਿਆਂ ਨੂੰ ਮੇਲਾ ਦਿਖਾ ਲਿਆ। ਤੁਸੀਂ ਕਹਿੰਦੇ ਮਾੜੀ ਬੁੱਟੀ ਲੱਗੀ ਸਾਰੀ ਜ਼ਿੰਦਗੀ ਕੱਢਣੀ ਹੈ ਤੇ ਬਾਡੀ ਕਿਹੜਾ ਤੁਹਾਨੂੰ ਵਾਰ-ਵਾਰ ਮਿਲਣੀ ਹੈ? ਬਿਲਕੁਲ। ਇਹਨੂੰ ਵੀ ਸਮਝੋ ਮੈਂ ਤਾਂ ਕਹਿੰਨਾ ਕਰੋ ਸ਼ੁਰੂ ਬੋਡੀ ਬਿਲਡਿੰਗ ਮਾਨ ਸਾਹਿਬ। ਬੋਡੀ ਬਿਲਡਿੰਗ ਕਰਨੀ ਹੈ। ਚਲੋ ਪਹਿਲੇ ਮੈਂ ਥੋੜਾ-ਥੋੜਾ ਫਿੱਟ ਹੋਣਾ ਫਿਰ ਜਾ ਕੇ ਥੋੜਾ ਜਿਹਾ ਅੱਗੇ ਨੂੰ। ਖਾਦੋ ਕਰਦੇ ਸਟਾਰਟ। ਨਹੀਂ ਨਹੀਂ ਠੀਕ ਹੈ ਬਾਡੀ ਤੁਹਾਨੂੰ ਇੱਕ ਵਾਰੀ ਮਿਲੀ ਜ਼ਿੰਦਗੀ 'ਚ। ਇਹਨੂੰ ਵਧੀਆ ਭਾਈ ਹੁਣ ਦੇਖੋ ਗੱਲ ਕੀ ਹੈ ਕੋਕੂ ਰਾਮ ਜੀ ਦੀ ਚਲੋ ਬਾਡੀ ਦੀ ਗੱਲ ਕੀਤੀ ਤੁਸੀਂ ਹਾਸੇ ਮਜ਼ਾਕ ਦੇ ਵਿੱਚ ਆਪਾਂ ਗੱਲ ਨੂੰ ਲੈ ਗਏ ਜੀ ਇਹ ਚੀਜ਼ਾਂ ਠੀਕ ਨਹੀਂ ਵਧੀਆ ਗੱਲ ਹੈ ਕਿ ਬਾਡੀ ਕਿਸੇ ਨੇ ਵੀ ਇੱਥੇ ਬਣਾਈ ਆ ਪਰ ਉਹਨਾਂ ਤੋਂ ਇੱਕ ਸੇਧ ਹੋਰ ਵੀ ਲੈ ਸਕਦੇ ਆਪਾਂ ਆਪਾਂ ਦੇਖੋ ਖਾਂਦੇ ਪੀਂਦੇ ਸਾਰਾ ਕੁਝ ਨਾਲ ਵੇਲੇ ਵੀ ਉਹਨੇ ਆਪਾਂ ਆਪਦੇ ਸਰੀਰ ਵੱਲ ਧਿਆਨ ਨਹੀਂ ਦਿੰਦੇ ਪਰ ਕੋਕੂ ਰਾਮ ਜੀ ਦੀ ਜਿਹੜੀ ਕਹਾਣੀ ਹੈ ਬੜੀ ਜ਼ਬਰਦਸਤ ਹੈ ਬਾਡੀ ਨਹੀਂ ਬਾਡੀ ਪਿੱਛੇ ਇੱਕ ਕਹਾਣੀ ਹੁੰਦੀ ਹੈ ਮੈਂ ਹਮੇਸ਼ਾ ਕਹਿੰਦਾ ਹੁਣ ਕਿ ਤੁਸੀਂ ਐ ਤੁਰਿਆ ਜਾਂਦਾ ਕੋਈ ਦਰਸ਼ਨੀ ਨੌਜਵਾਨ ਉਹਦੇ ਡੋਲੇ ਨੂੰ ਵੇਖ ਕੇ ਬੜਾ ਹੁੰਦਾ ਯਾਰ ਮੈਨੂੰ ਵੀ ਜਿਵੇਂ ਲੱਗਦਾ ਉਹ ਤੁਹਾਨੂੰ ਐ ਲੱਗਦਾ ਕਿ ਪਰ ਉਸ ਕੱਲੇ ਆਪਸ ਸਟੇਰਾਈਡ ਦੇਖਦੇ ਆ ਕਿ ਸਟੇਰ ਨਹੀਂ ਬਹੁਤ ਮਿਹਨਤ ਲੱਗੀ ਹੁੰਦੀ ਹੈ ਸਟੇਰਾਈਡ ਚਲੋ ਇੱਕ ਹੈ ਪਾਰਟ ਟੀਕੇਸ਼ੀ ਕਿਉਂ ਨਹੀਂ ਕਰਨੇ ਚਾਹੀਦੇ ਪਰ ਬਹੁਤ ਸਾਰੇ ਬੰਦੇ ਤੁਹਾਨੂੰ ਮਿਲਣਗੇ ਜਿਹੜੇ ਨਾਰਮਲ ਡਾਈਟ ਤੇ ਮਿਹਨਤ ਦੇ ਸਿਰ ਤੇ ਬਾਡੀ ਜਿਹੜੀ ਬਣਾਉਦੇ ਆ ਜੀ ਉਹਦੇ ਪਿੱਛੇ ਮਿਹਨਤ ਲੱਗੀ ਹੁੰਦੀ ਆ ਉਹਨਾਂ ਦੀ ਬਹੁਤ ਖੁਰਾਕ ਲੱਗੀ ਹੁੰਦੀ ਆ ਜੀ ਬਹੁਤ ਸਮਾਂ ਲੱਗਾ ਹੁੰਦਾ ਸਾਨੂੰ ਇਹ ਲੱਗਦਾ ਬਸ ਆਪਾਂ ਵੀ ਜਾਰ ਕੁ ਦਿਨ ਜਾਵਾਂਗੇ ਜੀ ਭੂਆ ਦੇ ਮੁੰਡੇ ਨਾਲ ਜਾ ਕੇ ਦੋ ਤਿੰਨ ਦਿਨ ਮਾਰਾਂਗੇ ਸਾਈਕਲ ਦੇ ਪੈਡਲ ਤਿੰਨ ਚਾਰ ਦਿਨ ਬਲਾ ਆ ਗਿਆ ਤਾਂ ਕੀ ਕਰਦੇ ਆਂਗੇ ਜੀ ਹੁੰਦਾ ਕੱਖ ਰਹੀ ਆ ਜੀ ਇਹ ਲਗਾਤਾਰਤਾ ਹੈ ਜੀ ਤਾਂ ਕੁਕੂ ਰਾਮ ਦੀ ਬਾਡੀ ਤਾਂ ਠੀਕ ਆ ਕਿ ਉਹਨਾਂ ਦੀ ਜਿਹੜੀ ਬਾਡੀ ਆ ਉਹਨੇ ਕੰਪੀਟੀਸ਼ਨ ਮਾਸਟਰ ਕੰਪੀਟੀਸ਼ਨ ਜਿੱਤਿਆ ਥਾਈਲੈਂਡ ਚ ਜੀ 55 ਸਾਲ ਦੀ ਏਜ ਦੇ ਵਿੱਚ ਜੀ ਜ਼ਬਰਦਸਤ ਪਰਫਾਰਮੈਂਸ ਪਰ ਉਹਨਾਂ ਦੀ ਕਹਾਣੀ ਜਿਹੜੀ ਆ ਉਹ ਇਤੋਂ ਵੀ ਮਤਲਬ ਕਿ ਕਹਿ ਲੋ ਕਿ ਪ੍ਰੇਰਨਾਦਾਇਕ ਆ ਜੀ ਉਹ ਦੱਸਦੇ ਸਨ ਮੈਂ ਉਹਨਾਂ ਬਾਰੇ ਪੜ੍ਹ ਰਿਹਾ ਸੀਗਾ ਕਿਤੇ ਜਿਹੜੀ ਉਹਨਾਂ ਨੇ ਇੰਟਰਵਿਊ ਦਿੱਤੇ ਜੀ ਉਹ ਕਹਿੰਦੇ ਕਿ ਮੈਂ ਨਾ ਬਹੁਤ ਗਰੀਬ ਘਰ ਪੈਦਾ ਹੋਇਆ ਹਾਲੇ ਵੀ ਬੜੀ ਗੁਰਵਤ ਹੈ ਜੀ ਉਹ ਕਹਿੰਦੇ ਕਿ ਮੇਰੀ ਮਾਂ ਗੁਆ ਕੂੜਾ ਚੁੱਕਦੀ ਹੁੰਦੀ ਸੀ ਜੀ ਇੱਕ ਦਿਨ ਮੈਂ ਵੀ ਡੇਰੀ ਮਾਲਕ ਦੇ ਘਰੇ ਚਲੇ ਗਿਆ ਜਿੱਥੇ ਕੋਈ ਹਸਾਬ ਕਿਤਾਬ ਕਰਨਾ ਸੀ ਤੇ ਉਹਨਾਂ ਦਾ 3000 ਰੁਪਿਆ ਵਧ ਗਿਆ ਉਸ ਟਾਈਮ ਕুকুਰਾਮ ਜੀ 10 ਸਾਲ ਦੇ ਸਨ ਜਦੋਂ 3000 ਰੁਪਏ ਟੁੱਟ ਗਿਆ ਜੀ ਇਹਨੂੰ ਉੱਥੇ ਬੰਧੂਆ ਮਜ਼ਦੂਰ ਬਣਾਇਆ ਗਿਆ ਜ਼ੋਰ ਜੀ